जिंदगी में सेहतमंद रहने के आज हम आपको 3 असूल बताएंगे। सबसे पहला तो आपने हमारे चैनल को बाकायदगी से देखना है। दूसरा, इवनिंग की मॉर्निंग वॉक और सुबह की इवनिंग वॉक आपने जरूर करनी है। ठीक हो गया, गुड हो गया। इतना बोलता है मुझे पता है, बलवाल दा घोड़ा नचू बंदरा थोड़ा यार थोड़ा। वो पहला असूल तो आप फॉलो करती ही होंगे, लेकिन आज आपको ना बाकी असूल आज बताते हैं। ये हम निकल रहे हैं जनाब मॉर्निंग वॉक के लिए, इवनिंग में। तो यही आपको बताया कि मॉर्निंग वॉक करें इवनिंग में, इवनिंग और इवनिंग वॉक करें मॉर्निंग में। के बनी आज यार तू याद करने आ। हां हां नहीं बस खत्म। आज हमारे साथ हमें एक और दोस्त ने ज्वाइन किया, सारिश फाक साहब ने। वो पीछे आप देखने आ रहे हैं, वो वन एंड ओनली सारिश फाक और बलवाल द लावा आगे सड़िया लावा। ये जनाब हमारा वो ग्राउंड है, बाकी आपको अरफान साहब नजारा दिखाएं। वाह, हमारे हाजरीनो नाजरीन को क्या बात है। ते ए तुझ ये नहीं समझना सी कोई किसी कदीम किसी शहर दी खंदक दे कोलो गुजर जाता है। अच्छा, ये जनाब सीवरेज का निजाम है साडे हलवाज दे वे। अच्छा 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 जी हां। ते ए जनाब राह जा रहा साडे ग्राउंड नु। हां हां, यो ग्राउंड है जिथे साडा बचपन गुजरिया। वाह, बड़ियां साडियां यादां वाबस्त हैं। वाह, ਅਸੀਂ ਇਸ ਗਰਾਊਂਡ ਦੇ ਚੱਪੇ ਚੱਪੇ ਤੇ ਖੇਡੇ ਆ ਤੇ ਸਾਡੇ ਕੋਲ ਖੇਡਣ ਨਹੀਂ ਹੋਇਆ। ਬਿਲਕੁਲ। ਬਾਕੀ ਅੱਜ ਤੁਸੀਂ ਬੜੇ ਅਰਸੇ ਬਾਅਦ ਗਰਾਊਂਡ ਵਿੱਚ ਜਾ ਰਹੇ ਹੋ ਤੇ ਤਮਾਸ਼ਾਈ ਵੀ ਬਹੁਤ ਖੁਸ਼ ਨੇ। ਜੀ ਜੀ, ਤੁਹਾਡਾ ਇੰਤਜ਼ਾਰ ਕਰ ਰਹੇ ਹਨ ਕਿ ਕਿਸ ਟਾਈਮ ਭਾਈ ਇਰਫਾਨ ਔਰ ਭਾਈ ਨਸੀਰਾਨ। ਜੀ ਜੀ, ਤੇ ਆਪਣੇ ਮੁਬਾਰਕ ਹੱਥਾਂ ਨਾਲ ਦੁਬਾਰਾ ਗੇਮ ਦੀ ਓਪਨਿੰਗ ਹੋ ਰਹੀ ਹੈ। ਆਪਣੇ ਮੁਬਾਰਕ ਹੱਥਾਂ ਨਾਲ ਸਾਨ ਨਾਲੇ ਵਿੱਚੋਂ ਗੇਂਦ ਕੱਢ ਕੇ ਦੇ। ਜੀ ਜੀ, ਕਿਉਂਕਿ ਇਹਦੇ ਚ ਅਸੀਂ ਨਹੀਂ ਸਰ ਸਰ ਉਹ ਦੌਰ ਚਲੇ ਗਿਆ ਜਦ ਹਮ ਨਾਲੋਂ ਮੇ ਸੇ ਗੇਂਦੇ ਨਿਕਾਲਤੇ ਥੇ ਉਹ ਦੌਰ ਚਲੇ ਗਿਆ। ਹੁਣ ਵੀ ਕੱਢੀ ਦੀ ਨਾ, ਅਬ ਹਮ ਪਲੇਅਰ ਬਣ ਚੁੱਕੇ ਆ ਭਾਈਜਾਨ, ਓਪਨ ਖੇਲਤੇ ਹਮ ਅਬ ਪਲੇਅਰ ਬਣਿਆ। ਤੂੰ ਇੱਕ ਹੀ ਸ਼ਾਇ ਬਣਿਆ। ਅੱਛਾ, ਬਲਵਾਲ ਦਾ ਘੋੜਾ ਬੰਦਾ ਬਣ ਜਾ ਭਾਈ ਨਸੀਰ ਹਥੌੜਾ। ਵਾਹ, ਕੀ ਬਾਤ ਹੈ। ਟਿਕੜੇ ਚ ਵੜ ਬੈਣਾ। ये जी वॉक तकरीबन हमें कोई 15 किलोमीटर चलते हुए हो गया है। उसके बाद इरफान आ रहा था। ग्राउंड में काफ़ी रौनकें लग चुकी हैं, दोबारा इस ग्राउंड की रौनकें बहाल हो गई हैं। आज काफ़ी अरसे के बाद ग्राउंड में चक्कर लगा रहे हैं। इस साइड पे वॉलीबॉल है जनाब, और इस साइड पे क्रिकेट। ਕਪਤਾਨ ਸਾਡੇ ਵਕਾਰ ਅਮੀਰ ਸਾਹਿਬ ਔਰ ਯਾ ਉਹਨਾਂ ਜਨਾਬ ਸੁਣਾਓ, ਅਗਲੇ ਦਿਨ ਤੁਸੀਂ ਇੰਟਰਨੈਸ਼ਨਲ ਮੈਚ ਖੇਡਣ ਗਏ ਸੋ। ਜੀ ਹਾਂ, ਕੀ ਬਣੀ ਨੈਸ਼ਨਲ ਲੈਵਲ? ਮੇਰੀ ਪਰਫਾਰਮੈਂਸ ਅੱਛੀ ਹੈ, ਅਸੀਂ ਮੈਚ ਹਾਰੇ ਆ। ਅੱਛਾ, ਲੇਕਿਨ ਮੈਂ ਜਿਹੜਾ ਨਾ ਹਾਂ 17 ਬਾਲਾਂ 45 ਸਕੋਰ। ਇਹ ਵਕਾਰ ਅਮੀਰ ਸਾਹਿਬ ਨੇ ਜੀ ਬਲਵਾਲ ਤੋਂ ਜਿਹੜੇ ਪਾਰਟਿਸਿਪੇਟ ਕੀਤਾ ਜੀ ਨਾ ਇੰਟਰਨੈਸ਼ਨਲ ਕ੍ਰਿਕਟ ਵਿੱਚ ਭਾਵਲਪੁਰ, ਔਰ ਬਹੁਤ ਅੱਛੀ ਪਰਫਾਰਮੈਂਸ ਰਹੀ ਤੁਹਾਡੀ, ਸੁਣਨ ਚ ਆ ਰਿਹਾ। ਜੀ ਜੀ, ਅਲਹਮਦੁਲਿਲਾ। ਤੇ PPDCA, ਵਾਹ, ਪਾਕਿਸਤਾਨ ਫਿਜ਼ੀਕਲ ਡਿਸੇਬਲ ਕ੍ਰਿਕਟ ਐਸੋਸੀਏਸ਼ਨ। ਕੀ ਬਾਤ ਹੈ। ਇਹ ਭਾਈ ਸਾਡੇ ਚਿੰਗੂ ਸਾਹਿਬ ਨੇ, ਮੁਸਤਕਬਲ ਦੇ ਸ਼ੇਨਵਾਨ ਨੇ ਆ ਜਨਾਬ, ਇਹ ਬੰਦਾ ਜਨਾਬ ਇਹ ਸਪੈਸ਼ਲ ਨਹੀਂ ਨਹੀਂ, ਇਹ ਸਾਰੇ ਓਪਨ ਖੇਡ ਕੇ ਆਏ ਨੇ। ਇਹ ਬੰਦੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨਾ, ਇਹ ਓਪਨ ਖੇਡ ਕੇ ਆਏ ਜਨਾਬ, ਤੇ ਫਿਲਹਾਲ ਖੇਡਦੇ ਪੈਣ ਓਪਨ। ਓਪਨ ਤੋਂ ਮਰਾਦ ਕਿਆ ਖੁੱਲੇ ਗਰਾਊਂਡ ਵਿੱਚ, ਉਹ ਨਹੀਂ ਓਪਨ ਹੈ। ਗੋਲਕੀਪਰ ਖੱਲਾ ਦੇ ਭਾਈ। ਅੱਛਾ, ਵਾਹ, ਕੀ ਬਾਤ ਹੈ ਤੁਹਾਡੀ। ਇੰਜ ਸਮਝ ਦੀਵਾਰ ਪਾ ਦਿੱਤੀ ਨਾ ਪਿੱਛੇ, ਗੇਮ ਨਹੀਂ ਹੁਣ ਜਾ ਸਕਦੀ ਪਿੱਛੇ। ਅੱਛਾ ਜੀ, ਹਾਂਜੀ, ਚਲੋ ਹੁਣ ਖੇਡਦੇ ਆ, ਉਸ ਤੋਂ ਬਾਅਦ ਤੁਹਾਡੇ ਮਿਲਦੇ ਆ। ਹੈ ਇਹਦੇ ਪਲੇਅਰ ਹੋਣਗੇ ਤੇ ਇਰਫਾਨ ਆਊਟਸਟੈਂਡਿੰਗ ਬਾਲਿੰਗ ਕਰਕੇ ਆਏ ਨੇ, ਬਾਹਰ ਥੱਕ ਕੇ ਬਹਿ ਗਏ ਨੇ। ਬਾਤ ਕਰਾਈਏ ਅੱਜ ਤੇ ਇਹ ਸਾਡੇ ਵਕਾਰ ਅਮੀਰ ਭਾਈ ਜਾਨ ਪਹਿਲੀ ਗੇਂਦ ਤੇ ਸਿੰਗਲ ਜਿਹੜੇ ਨੈਸ਼ਨਲ T20 ਖੇਡ ਕੇ ਆਏ ਨੇ ਹਾਲ ਹੀ ਚ, ਲੇਕਿਨ ਪਹਿਲਾ ਕੈਚ ਇਹਨਾਂ ਦਾ ਡ੍ਰਾਪ ਹੋ ਗਿਆ ਜਨਾਬ। ਬੜੀ ਟੈਂਸ ਸਿਚੁਏਸ਼ਨ ਚ ਮੈਚ ਹੈ ਇਸ ਵੇਲੇ। ਇਹ ਸਾਡਾ ਬਾਲਰ ਹੈ ਜਨਾਬ ਗੁਟਰ, ਇਹ ਹਾਲ ਹੀ ਵਿੱਚ ਉਮਰਾ ਕਰਕੇ ਆਇਆ। ਇਹਨਾਂ ਦੀਆਂ ਘੁੰਮਣੀਆਂ ਚੈੱਕ ਕਰਿਓ ਜਨਾਬ, ਇਹਨਾਂ ਦੀਆਂ ਦੋ ਚੀਜ਼ਾਂ ਬੜੀਆਂ ਮਸ਼ਹੂਰ ਹੈ, ਚੈੱਕ ਕਰੋ ਜਨਾਬ। ਓਹ, ਕੀ ਬਾਤ, ਕੀ ਬਾਤ, ਨਿਕਲ ਕੇ ਬੀਟ ਆਉਂਦੇ ਇਹ ਜਨਾਬ, ਘੁੰਮਦੇ ਹੀ ਰਹਿੰਦੇ ਨੇ। ਨਿਕਲ ਕੇ ਜਿਹੜਾ ਬੀਟ ਆਉਂਦੇ ਨੇ ਬੜੇ ਇਹਨਾਂ ਦਾ ਮਸ਼ਹੂਰ, ਦੂਜਾ ਇਹਨਾਂ ਦਾ ਟ੍ਰੋਜ਼ਰ ਸਾਰੀ ਜ਼ਿੰਦਗੀ ਦੇ। ਓਹ, ਆ ਫੈਂਦਾ ਯਾਰ, ਵਾਹ
ਸ਼ਾਟ ਚੈੱਕ ਕੀਤਾ ਹੋਣਾ ਤੁਸੀਂ ਤੇ ਟੈਲੈਂਟ ਵੀ ਵੇਖ ਲਿਆ ਹੋਣਾ ਕਿ ਵਾਕਈ ਟੈਲੈਂਟ ਹੈ। ਕਾਰੇ ਦੀਆਂ ਗੁਮਣੀਆਂ ਚੈੱਕ ਕਰੋ ਬਾਈ, ਕਲੋਨੀ ਦਾ ਬਾਵਾ ਕਾਰੂ ਕਿਹੜਾ ਕਾਰੂ ਗੁਮੇਰੀ ਆਈ ਜਵਾ ਗੁਮੇ ਗੁਮੇ ਰਲੇ ਹੋਈ ਅੰਪੈਰ ਆ ਜਨਾਬ ਵਕਾਰ ਅਮੀਰ ਸਾਹਿਬ ਇਹਨਾਂ ਦੀਆਂ ਗੁਮਣੀਆਂ ਚੈੱਕ ਕਰੀ ਇਮਾਨਦਾਰ ਅੰਪਾਇਰ ਨਾ ਖਿਲਾ ਰਿਆ ਕਰ ਓਏ ਸਮੇਰ ਦੇ ਗੁੰਦਨ ਪੇ ਜੀ ਐਫ ਸੀ ਤੇ ਇਹ ਘੁੰਮ ਰਿਹਾ ਨਾ ਰੁਕ ਰਿਹਾ ਨਾ ਰੁਕ ਰਿਹਾ ਕਾਪਰ ਚ ਪਿਓਰ ਕਾਪਰ ਚ ਆਇਂ ਦੋ ਆ ਇਹ ਸਾਰਿਆਂ ਨਾਲ ਵਧੀਆ ਸ਼ਾਟ ਜੀ ਦੋ ਮੈਚਸ ਅਸੀਂ ਖੇਡਣ ਇੱਕ ਉਹ ਜਿੱਤ ਗਏ ਇੱਕ ਅਸੀਂ ਹਾਰ ਗਏ ਹਾਂ ਤੇ ਖੈਰ ਖਰੀਅਤ ਨਾਲ ਮਾਰਨਿੰਗ ਵਾਕ ਇਵਨਿੰਗ ਚ ਕਰਕੇ ਚੱਲੇ ਸ਼ਾਮਾ ਪਈਆਂ ਛਾਕੀ ਨੂੰ ਚਪੇੜਾ ਵੀ ਪਈਆਂ ਐ ਭਾਈ ਸ਼ਾਹ ਸਾਹਿਬ ਵੇਖੋ ਸ਼ਾਮਾ ਪੈ ਗਿਆ ਸੂਰਜ ਜਾ ਰਿਹਾ ਓਏ ਸ਼ਾਮਾ ਨਹੀਂ ਪਈਆਂ ਇਹਦੇ ਮੋਏ ਦੇ ਸਵੇਰ ਵੀ ਸ਼ਾਮੀ ਪਈਆਂ ਤੇ ਉਮੀਦ ਹੈ ਕਿ ਤੁਸੀਂ ਸਾਡੇ ਤਰ੍ਹਾਂ ਟਿਪ ਫਾਲੋ ਕਰੋਗੇ ਤੇ ਨੈਕਸਟ ਵੀਡੀਓ 'ਚ ਮਿਲਦੇ ਹਾਂ ਤੁਹਾਨੂੰ ਨਵੇਂ ਟਿਪਸ ਨਾਲ ਅੱਲਾ ਹਾਫਿਜ਼।